ਪੈਨ ਬਾਕਸ ਸਮੱਗਰੀ A4 ਕਾਗਜ਼ ਜੋ ਇੱਕ ਪਾਸੇ ਕਾਲਾ ਅਤੇ ਦੂਜੇ ਪਾਸੇ ਸਫੇਦ ਹੋਵੇ। A4 ਕਾਗਜ਼ ਨੂੰ 3 ਵਾਰ ਅਜਿਹਾ ਮੋੜੋ ਕਿ ਇਸ ਦੀ W ਆਕਾਰ ਬਣ ਜਾਵੇ। ਹੁਣ ਕਾਗਜ਼ ਨੂੰ ਖੋਲ੍ਹ ਦਿਓ ਅਤੇ 2 ਕੋਨਿਆਂ ਤੋਂ ਛੋਟੇ ਤਿਕੋਣ ਮੋੜੋ। ਕਾਗਜ਼ ਨੂੰ ਉਲਟਾ ਕਰਕੇ ਰੱਖੋ ਅਤੇ ਤਿਕੋਣ ਦੀ ਭੁਜਾ ਦੇ ਬਰਾਬਰ ਆਕਾਰ ਦਾ ਕਾਗਜ਼ ਮੋੜ ਦਿਓ। ਹੁਣ ਬਾਕੀ 2 ਕੋਨਿਆਂ ਦੇ ਵਰਗਾਂ ਦੇ ਵਿਚਰਨ ਨੂੰ ਵੀ ਮੋੜ ਦਿਓ। ਕਾਗਜ਼ ਨੂੰ ਅੱਧ ਵਿਚਕਾਰੋਂ ਮੋੜ ਦਿਓ ਅਤੇ ਕੋਨਿਆਂ ਤੋਂ ਤਿਕੋਣਾ ਵੀ ਮੋੜ ਦਿਓ। ਹੁਣ 1/4 ਹਿੱਸਾ ਪਿੱਛੇ ਮੋੜ ਦਿਓ। ਇੱਕ ਪਰਤ ਨੂੰ ਪਿੱਛੇ ਮੋੜ ਕੇ ਲੈਪ ਨੂੰ 1 ਕੋਨੇ ਵਿੱਚ ਫਸਾਓ। ਅਖੀਰ ਵਿੱਚ ਦੂਜੇ ਪਾਸੇ ਵੀ ਫਲੈਪ ਨੂੰ ਮੋੜ ਕੇ ਕੋਨੇ ਵਿੱਚ ਫਸਾਓ। ਤੁਹਾਡਾ ਪੈਨ ਬਾਕਸ ਤਿਆਰ ਹੈ, ਜਿਸ ਨੂੰ ਤੁਸੀਂ ਬਿਨਾਂ